ਤੇ ਸਾਰੇ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਬਾਈ ਜੀ ਹੋਰ ਹੀ ਆਪਣੀ ਗੋਪਾਲਗੰਜ ਗੱਡੀ ਖਾਲੀ, ਪਹਿਲੇ 180 ਬੈਠੀ ਖਾਲੀ ਕਰਕੇ ਆਏ ਹਾਂ ਫਾਜ਼ਿਲ ਨਗਰ ਜੋ ਕਿ ਯੂਪੀ 'ਚ ਪੈਂਦਾ, ਅਤੇ ਹੁਣ ਗੋਪਾਲਗੰਜ ਆ ਗਏ ਹਾਂ। ਇਸ ਟਾਈਮ ਬਾਈ ਜੀ ਆਪਾਂ ਆਪਣਾ ਫੇਸ ਨਹੀਂ ਵਿਖਾ ਸਕਦੇ ਕਿਉਂਕਿ ਤੁਹਾਨੂੰ ਪਤਾ ਹੈ ਕਿ ਪਰਸੋਂ ਜਾਮ 'ਚੋਂ ਨਿਕਲੇ ਸੀ ਰਾਤੀ, ਅਤੇ ਚੱਲਦੇ ਹੀ ਆਏ ਹਾਂ ਖਿੱਚੋ ਖਿੱਚੀ, ਅਤੇ ਸਵੇਰ ਨੂੰ ਪਹੁੰਚੇ ਹਾਂ ਆਪਣਾ ਫਾਜ਼ਿਲ ਨਗਰ ਖਾਲੀ ਕਰਕੇ, ਹੁਣ ਗੋਪਾਲਗੰਜ ਬਿਹਾਰ 'ਚ ਆ ਗਏ ਹਾਂ। ਅਤੇ ਇੱਥੇ ਖਾਲੀ ਕਰਕੇ ਫਿਰ ਮਾਲ ਆ ਮੁਜ਼ੱਫਰਪੁਰ ਦਾ, ਉਹਦਾ ਨੰਬਰ ਮੈਂ ਲੈ ਰਿਹਾ ਪਾਰਟੀ ਕੋਲੋਂ, ਜੇ ਉਹ ਕਹਿੰਦਾ ਬਈ ਹੋ ਜਾਏਗੀ ਅੱਜ ਖਾਲੀ ਅਤੇ ਫਿਰ ਖਿੱਚ ਲੈਂਦੇ ਹਾਂ ਮੀਟਰ ਇੱਥੋਂ, ਅਤੇ ਕਰਕੇ ਸ਼ਾਮਾਂ ਨੂੰ ਖਾਲੀ ਅਤੇ ਫਿਰ ਖਖੜੀਆ ਪਹੁੰਚ ਜਾਵਾਂਗੇ। ਹੁਣ ਨੰਬਰ ਆਉਂਦਾ ਫਿਰ ਗੱਲ ਕਰਕੇ ਫਿਰ ਹੀ ਪਤਾ ਚੱਲੂਗਾ। ਦੇਖ ਸਕਦੇ ਹੋ ਜੀ ਇਹ ਹੈ ਜੀ ਗੋਪਾਲਗੰਜ ਦੀ ਮੰਡੀ, ਬਿਲਕੁਲ ਬਾਈਪਾਸ ਦੇ ਉੱਪਰ, ਪਹਿਲੇ ਅੰਦਰ ਹੁੰਦੀ ਸੀ ਅੱਜ ਕੱਲ੍ਹ ਬਾਈਪਾਸ 'ਤੇ ਜੀ। ਇਹ ਸਾਡੇ ਬਾਊ ਜੀ ਔਰ ਠੀਕ ਹੈ ਜੀ, ਇਹ ਬਾਊ ਦਾ ਫੱਟ ਹੈ ਸਾਡੇ ਨਾਲ। ਚਲੋ ਜੀ ਇਹ ਗੱਡੀ ਕਸ਼ਮੀਰ ਤੋਂ ਆਈ ਆ, ਅਤੇ ਕਹਿੰਦੇ ਪਹਿਲਾਂ ਤੁਹਾਡੀ ਗੱਡੀ ਖਾਲੀ ਕਰ ਦਿੰਦੇ ਹਾਂ ਉਹਦੇ ਬਾਅਦ ਫਿਰ ਦੇਖਦੇ ਹਾਂ ਇਹਨੂੰ। ਅਤੇ ਲਓ ਜੀ ਬਾਈ ਜੀ ਗੋਪਾਲਗੰਜ ਵੀ ਹੋ ਗਈ ਖਾਲੀ, ਗੱਡੀ ਲਾ ਤੇ ਫੱਟੇ ਫੁੱਟੇ, ਕੱਪੜੇ ਤਰਪਾਲ ਚੱਕ ਲਈ ਆ, ਮੂੰਹ ਮਜਾਮਾ ਹੀ ਪਾਇਆ ਦੇਖ ਸਕਦੇ ਹੋ। ਇਹ ਗੱਡੀ ਵੀ ਆਈ ਹੈ ਸਿਰਨਾ ਤੋਂ ਆਈ ਹੈ ਅਮਰ ਫਲੋਰ ਮਿੱਲ ਵਾਲਿਆਂ ਦੀ। ਇਹ ਹੈ ਜੀ ਮੰਡੀ, ਪਿਛਲੇ ਚੱਕਰ ਮੈਂ ਉਹ ਜਿੱਥੇ ਗੱਡੀ ਖੜੀ ਹੈ ਕਾਰ ਉੱਥੇ ਖਾਲੀ ਕਰਕੇ ਗਿਆ ਸੀ, ਕਾਰ ਦੇ ਟੈਂਕੀ ਬੰਦ। ਉਹ ਇਹਦਾ ਨੈੱਟ ਕਿੱਥੇ ਆ? ਇਹ ਆਹ ਪਾ ਦੇ ਨਾਟੀ ਦੇ ਵਿੱਚ, ਸਪੇਅਰ ਟੈਂਕੀ ਲਾਈ ਸੀ ਭਰਨ ਵਾਸਤੇ ਹੋ ਗਈ ਉਹ ਫੁੱਲ, ਅਤੇ ਹੁਣ ਕਰਤੀ ਬੰਦ ਮੋਟਰ। ਬਾਰਿਸ਼ ਵਾਲਾ ਮੌਸਮ ਵੀ ਬਣ ਰਿਹਾ, ਮੈਂ ਚਲੋ ਮੁਜ਼ੱਫਰਪੁਰ ਹੋ ਜਾਏ ਖਾਲੀ ਅਤੇ ਰਾਤ ਨੂੰ ਵਾੜ ਦਿਆਂਗੇ ਖੜੀਆ। ਚਲੋ ਜੀ ਨਿਕਲਦੇ ਹਾਂ ਇੱਥੋਂ, ਫਿਰ ਕਰਦੇ ਹਾਂ ਗਾਂਧੀ ਨਾਲ ਗੱਲ ਕੀ ਕਹਿੰਦਾ ਗਾਂਧੀ। ਅਤੇ ਬਾਈ ਜੀ ਗਾਂਧੀ ਦੇ ਗਿਆ ਸਲਾਮੀ, ਉਹ ਕਹਿੰਦਾ ਸਵੇਰੇ ਖਾਲੀ ਹੋਏਗੀ, ਮੈਂ ਫੋਨ ਕੀਤਾ। ਚਲੋ ਅੱਗੇ ਮੋਗੇ ਢਾਬੇ 'ਤੇ ਲਾ ਕੇ ਨਹਾਉਂਦੇ ਹਾਂ। ਇਹ ਹੈ ਜੀ ਹਾਈਵੇ ਮੇਨ ਜਿਹੜਾ ਸਿੱਧਾ ਗਿਆ ਆਪਣਾ ਲਖਨਊ ਫਲਾਈ ਓਵਰ ਪੁੱਲ। ਚੱਲ ਭਰਾਵਾ ਤੁਹ ਨੰਗ ਜੋ ਵਿਸ਼ਾ ਤੇ ਚਲੋ ਜੀ ਠੀਕ ਹੈ ਜੀ, ਮਿਲਦੇ ਹੁਣ ਜਾਗਾ ਮੋਗੇ ਢਾਬੇ ਦਾ।
ਹੈਲੋ ਬਾਈ ਜੀ ਸਤਿ ਸ੍ਰੀ ਅਕਾਲ ਤੇ ਪਹੁੰਚ ਗਏ ਸੀ ਦੁਪਹਿਰੀ ਮੋਗੇ ਢਾਬੇ ਤੇ ਜਿੱਦਾਂ ਗੋਪਾਲਗੰਜ ਕੋਸੀ ਨਦੀ ਪਾਰ ਕਰੀਏ ਤੇ ਅੱਗੇ ਜਾ ਕੇ 4-5 ਕਿਲੋਮੀਟਰ ਅੱਗੇ ਜਾ ਕੇ ਪਹਿਲੇ ਢਾਬਾ ਆਉਂਦਾ ਖੱਬੀ ਸਾਈਡ ਬਹੁਤ ਜ਼ਿਆਦਾ ਖੁੱਲ੍ਹਾ ਮੋਗਾ ਢਾਬਾ ਪੰਜਾਬੀ ਬਾਈ ਦਾ ਢਾਬਾ ਤੇ ਉੱਥੇ ਆ ਕੇ ਮੈਂ ਦੁਪਹਿਰ ਸੌ ਗਿਆ ਸੀ ਤੇ ਮੈਂ ਸੁੱਚੇ ਨੂੰ ਕਿਹਾ ਮੈਂ ਸੌਂਦੇ ਯਾਰ ਬਾਅਦ ਵਿੱਚ ਨਹਾ ਧੋ ਕੇ ਰੈਡੀ ਹੋਵਾਂਗੇ ਤੇ ਹੁਣ ਉੱਠਿਆ ਤੇ ਨਹਾ ਧੋ ਕੇ ਅਗਰਬੱਤੀ ਲਾਈ ਆ ਤੇ ਫਰੈਸ਼ ਹੋਇਆ ਤੇ ਹੁਣ ਤੁਸੀਂ ਦੇਖ ਸਕਦੇ ਹੋ ਮੈਨੂੰ ਕਿਉਂਕਿ ਦੁਪਹਿਰੀ ਮੈਂ ਆਪਣਾ ਫੇਸ ਤਾਂ ਨਹੀਂ ਦਿਖਾਇਆ ਕਿ ਬਹੁਤ ਹੀ ਬੁਰੀ ਹਾਲਤ ਸੀ ਰਗੜ ਤਲਦੇ ਪਏ ਸੀ ਅਤੇ ਕੱਪੜਿਆਂ ਦੀ ਵੀ ਬੁਰੀ ਹਾਲਤ ਤੁਹਾਨੂੰ ਪਤਾ ਹੀ ਹੈ ਡਰਾਈਵਰਾਂ ਦੀ ਹਾਲਤ ਕਿੱਦਾਂ ਹੋ ਜਾਂਦੀ ਹੈ ਜਦੋਂ ਬੰਦਾ ਚੱਲਦਾ ਤਾਂ ਜਦੋਂ ਰੁਕ ਕੇ ਬੰਦਾ ਹੋਟਲ ਦੇ ਨਹਾ ਧੋ ਕੇ ਫਿਰ ਤਾਂ ਬੰਦਾ ਬਣ ਜਾਂਦਾ ਜਿਵੇਂ ਘੈਂਟ ਅਤੇ ਚਲੋ ਜੀ ਹੁਣ ਅਗਰਬੱਤੀ ਲਾ ਕੇ ਅਤੇ ਵਾਹਿਗੁਰੂ ਦਾ ਨਾਂ ਲਿਆ ਹੁਣ ਸੁੱਚਾ ਨਹਾਉਣ ਗਿਆ ਅਤੇ ਫਿਰ ਚਾਹ ਚੂ ਪੀਂਦੇ ਨਾਲ ਤੁਹਾਨੂੰ ਹੋਟਲ ਦੱਸਦੇ ਹਾਂ ਠੀਕ ਹੈ ਜੀ ਤੁਸੀਂ ਬਣੇ ਦਿਓ ਸਾਡੇ ਨਾਲ ਅਤੇ ਮਿਲਦੇ ਹਾਂ ਬਾਹਰ ਜਾ ਕੇ ਅਤੇ ਹੈਗੀ ਜੀ ਆਪਣੀ ਗੱਡੀ ਖੜ੍ਹੀ ਅਤੇ ਟਾਈਮ ਹੋ ਗਿਆ 5:38 ਅਤੇ ਇਹ ਹੈਗੀ ਪਾਰਕਿੰਗ ਏਰੀਆ ਤਰਪਾਲ ਇੱਕ ਹੀ ਪਾਤੀ ਸੀ ਆਪਾਂ ਮੈਂ ਦੋ ਦੋ ਕਿੰਨੇ ਥੱਪਣੀਆਂ ਅਗਰ ਬਾਰਿਸ਼ ਬੁਰਸ਼ ਦਾ ਮੌਸਮ ਹੋਏਗਾ ਫਿਰ ਕੱਪੜੇ ਦੇ ਹੀ ਪਾ ਦਾਂਗੇ ਬਾਕੀ ਮੋਮ ਜਾਮਾ ਵੀ ਨਾਉਂਦਾ ਪਾਣੀ ਜਾਣ ਨਹੀਂ ਦਿੰਦਾ ਪਤਾ ਨਹੀਂ ਕੀ ਸਮਾਨ ਜਾ ਰਿਹਾ ਟ੍ਰੇਲਰ 'ਚ ਬਹੁਤ ਹੀ ਜ਼ਿਆਦਾ ਖੁੱਲ੍ਹੀ ਪਾਰਕਿੰਗ ਆ ਕਾਫੀ ਜਗ੍ਹਾ ਘੱਟ ਤੋਂ ਘੱਟ ਵੀ ਇੱਥੇ ਜ਼ਿਆਦਾ ਨਹੀਂ ਅਤੇ 60-70-100 ਗੱਡੀ ਲੱਗ ਜਾਂਦੀ ਹੈ ਅਤੇ ਚਲੋ ਜੀ ਹੁਣ ਚੱਲਦੇ ਹਾਂ ਹੋਟਲ 'ਤੇ ਪੀ ਲਿਆ ਚਾਹ ਪਾਣੀ ਠੀਕ ਹੈ ਜੀ ਇਹ ਨਿਕਲ ਰਿਹਾ ਘੋੜਾ ਆਪਣੇ ਬਾਈ ਦਾ ਪੂਰੀ ਬਾਡੀ ਵੀ ਕੱਚਤੀ ਇਹਨਾਂ ਨੇ ਤੇ ਲਓ ਜੀ ਦੇਖ ਸਕਦੇ ਹੋ ਤੁਸੀਂ ਮੋਗਾ ਢਾਬਾ ਬੈਂਚ ਲਾਇਆ ਕੈਂਪਰ ਪਾਣੀ ਪੀਣ ਵਾਸਤੇ ਰੱਖਿਆ ਵੀ ਆਪਣੇ ਗਲਾਸ ਭਰੋ ਅਤੇ ਪਾਣੀ ਪੀਓ ਠੀਕ ਹੈ ਜੀ ਬਾਈ ਲਾ ਰਿਹਾ ਅਗਰਬੱਤੀ ਆਪਣੀ ਆ ਗਈ ਚਾਹ ਜੀ ਅਤੇ ਜਿਹੜਾ ਵੀ ਮੇਰਾ ਵੀਰ ਆਉਂਦਾ ਇੱਥੇ ਜ਼ਰੂਰ ਰੁਕ ਕੇ ਜਾਓ ਨਹਾਉਣ ਧੋਣ ਦਾ ਵਧੀਆ ਪ੍ਰਬੰਧ ਹੈ ਅਤੇ ਗੋਪਾਲਗੰਜ ਕੋਸੀ ਨਦੀ ਪਾਰ ਕਰਕੇ ਅੱਗੋਂ 4-5 ਕਿਲੋਮੀਟਰ ਅੱਗੇ ਜਾ ਕੇ ਨਾ ਫਿਰ ਆਉਂਦਾ ਅੱਧੀ ਸਾਈਡ ਕਿਧਰਾ ਕੁੱਟ ਤੂੰ ਪਹਿਲਾਂ ਚਲੋ ਜੀ ਚਾਹ ਪੀ ਲਈਏ ਹੁਣ ਅਤੇ ਬਾਈ ਜੀ ਪਿਪਰਾ ਕੋਠੀ ਕਰ ਲਿਆ ਪਾਰ ਆਪਾਂ ਅਤੇ ਹੁਣ ਜਾ ਕੇ ਰੁਕਾਂਗੇ ਕੋਈ 10 ਕਿਲੋਮੀਟਰ ਪਹਿਲਾਂ ਢਾਬੇ ਪੈਂਦੇ ਇੱਕ ਨਿਊ ਮੋਗਾ ਅਤੇ ਇੱਕ ਨਿਊ ਚੰਡੀਗੜ੍ਹ ਅਤੇ ਦੇਖਦੇ ਹਾਂ ਮੋਗੇ ਢਾਬੇ 'ਤੇ ਰੁਕਾਂਗੇ ਉਹਦੀ ਰੋਟੀ ਥੋੜ੍ਹੀ ਵਧੀਆ ਦੇਖ ਸਕਦੇ ਹੋ ਤੁਸੀਂ ਅਤੇ ਸਵੇਰੇ ਵਪਾਰੀ ਕਹਿੰਦਾ ਸੀ ਤੁਸੀਂ 5 ਵਜੇ ਮੰਡੀ ਪਹੁੰਚ ਜਾਇਓ ਅਤੇ 4 ਵਜੇ ਨਾਲ ਇੱਥੋਂ ਨਿਕਲਾਂਗੇ ਕਿਉਂਕਿ ਮੰਡੀ 'ਚ ਵੀ ਚੋਰੀ ਬਹੁਤ ਹੈ ਅਤੇ ਫਾਇਦਾ ਕੀ ਆ ਇੱਥੋਂ ਸਵੇਰੇ 4 ਵਜੇ ਨਿਕਲਾਂਗੇ 4:30 ਵਜੇ ਜਾ ਪਹੁੰਚਣਾ ਆਪਾਂ ਉੱਥੇ ਮੰਡੀ ਠੀਕ ਹੈ ਜੀ ਹੋਟਲ 'ਤੇ ਜਾ ਕੇ ਫਿਰ ਮਿਲਦੇ ਹਾਂ ਠੀਕ ਹੈ ਜੀ ਅਤੇ ਲਓ ਜੀ ਬਾਈ ਜੀ ਆ ਗਿਆ ਆਪਣਾ ਬੇਸਣ ਕੱਟਾ ਨਾਲ ਰੋਟੀਆਂ ਅਤੇ ਹੁਣ ਲੱਗੇ ਹਾਂ ਛੱਕਣ ਲੰਗਰ ਛੱਕ ਕੇ ਫਿਰ ਮਿਲਦੇ ਹਾਂ ਤੁਹਾਨੂੰ ਜੀ ਠੀਕ ਹੈ ਜੀ ਨਿਊ ਮੋਗਾ ਢਾਬਾ ਮੁਜ਼ੱਫਰਪੁਰ ਤੋਂ ਪਹਿਲੇ 15 ਕਿਲੋਮੀਟਰ ਅਤੇ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਅਤੇ ਆਪਣੇ ਬਾਈ ਜੀ ਹੋਰ ਨਾ
ਤੇ ਇਹਨਾਂ ਤੋਂ ਆਪਾਂ ਸੁਣਦੇ ਆਂ ਤੇ ਨਾਲੇ ਲੋਕੇਸ਼ਨ ਆਪਣੀ ਦੱਸਣਗੇ। ਸਤਿ ਸ੍ਰੀ ਅਕਾਲ ਬਾਈ ਜੀ। ਸਤਿ ਸ੍ਰੀ ਅਕਾਲ ਜੀ। ਤੇ ਬਾਈ ਜੀ ਆਪਣਾ ਲੋਕੇਸ਼ਨ ਦੱਸੋ ਬਈ, ਕਿੱਥੇ ਆਪਣਾ ਹੋਟਲ? ਲੋਕੇਸ਼ਨ ਜੀ ਆਪਣਾ ਇੱਥੋਂ ਮੋਤੀਪੁਰ ਪੈ ਜਾਂਦਾ, ਆਪਣਾ ਥਾਣਾ ਮੋਤੀਪੁਰ ਲੱਗਦਾ ਇੱਥੇ। ਅੱਛਾ ਜੀ। ਤੇ ਨਲੀਆ ਚੌਂਕ ਮਤਲਬ ਆਈਸ਼ਰ ਕੰਪਨੀ ਆ ਸਾਹਮਣੇ ਆਪਣਾ, ਉਹਦੇ ਸਾਹਮਣੇ ਮੋਗਾ ਢਾਬਾ। ਅੱਛਾ ਜੀ। ਪੁਰਾਣੇ ਵਾਲਿਆਂ ਦਾ। ਹਾਂਜੀ ਹਾਂਜੀ, ਇਹ ਢਾਬਾ ਆਪਣਾ ਇੱਥੋਂ ਦਾ ਹੀ ਐਡਰੈਸ ਹੈ ਜੀ। ਤੇ ਮੈਂ ਪਹਿਲੀ ਵਾਰ ਰੁਕਿਆ ਬਾਈ ਹੁੰਦੇ ਕੋਲ, ਤੇ ਬਹੁਤ ਹੀ ਸਵਾਦ ਰੋਟੀ, ਹਰ ਇੱਕ ਚੀਜ਼, ਠੰਡਾ ਪਾਣੀ ਫ੍ਰਿਜ ਲਾਇਆ ਤੇ ਰੋਟੀ ਖਾਧੀ, ਦਿਲ ਖੁਸ਼ ਹੋ ਗਿਆ। ਜਿੱਥੇ ਤਿੰਨ ਰੋਟੀਆਂ ਖਾਣੀਆਂ ਸੀ ਉੱਥੇ ਚਾਰ ਖਾਧੀਆਂ। ਤੇ ਬਾਈ ਹੋਰਾਂ ਨੇ ਹੁਣ ਸਾਲ ਹੋ ਗਿਆ ਹੋਟਲ ਕਰਦੇ, ਤੇ ਨਿਊ ਮੋਗਾ ਢਾਬਾ ਸਾਹਮਣੇ ਗੈਰਜ ਹੈ ਆਇਸ਼ਰ ਵਾਲਿਆਂ ਦਾ, ਏਜੰਸੀ ਹੈ। ਤੇ ਭਾਰਤ ਬੰਜ ਦੇ ਪਹਿਲਾਂ ਨੀ, ਤੇ ਇਹ ਬਾਈ ਜੀ ਦਾ ਹੋਟਲ ਹੈ। ਬਹੁਤ ਹੀ ਵਧੀਆ ਰੋਟੀ, ਨਹਾਉਣ ਧੋਣ ਦਾ ਪਾਣੀ, ਹਰ ਚੀਜ਼ ਬਹੁਤ ਹੀ ਵਧੀਆ ਤਰੀਕੇ ਨਾਲ, ਪਾਰਕਿੰਗ ਵਧੀਆ। ਤੇ ਜਿਹੜਾ ਵੀ ਮੇਰਾ ਵੀਰ ਮੇਰੀ ਵੀਡੀਓ ਦੇਖਦੇ ਨਾ, ਜ਼ਰੂਰ ਇੱਕ ਵਾਰ ਇੱਥੇ ਆਓ, ਠੀਕ ਹੈ ਜੀ? ਤੇ ਇੱਕ ਵਾਰ ਚੈੱਕ ਕਰਕੇ ਦੇਖੋ। ਤੇ ਬਾਕੀ ਚਲੋ ਜੀ, ਬਾਈ ਜੀ ਬਹੁਤ ਖੁਸ਼ੀ ਹੋਈ। ਬਾਈ ਆਪਣਾ ਇਲਾਕਾ ਕਿਹੜਾ ਪਿੱਛੋਂ? ਪੰਜਾਬ ਬਾਘਾ ਪੁਰਾਣਾ। ਬਾਈ ਜੀ ਹੋਰ ਪਹਿਲੇ ਡਰਾਈਵਰੀ ਕਰਦੇ ਸੀ, ਤੇ ਹੁਣ ਬਾਈ ਜੀ ਹੋਰ ਇੱਥੇ ਹੋਟਲ ਕਰ ਰਹੇ। ਚਲੋ ਜੀ ਬਹੁਤ ਖੁਸ਼ੀ ਹੈ। ਚਲੋ ਜੀ ਠੀਕ ਹੈ ਬਾਈ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅਤੇ ਬਾਈ ਜੀ ਲੰਗਰ ਛਕਿਆ, ਬਹੁਤ ਹੀ ਸਵਾਦ ਰੋਟੀ ਸੀਗੀ ਬਾਈ ਦੀ, ਅਤੇ ਬਾਈ ਨਾਲ ਗੱਲਬਾਤ ਵੀ ਕੀਤੀ। ਅਤੇ ਜਿਵੇਂ ਇੱਕ ਨੰਬਰ ਬਾਈ ਬੰਦਾ, ਅਤੇ ਪਾਰਕਿੰਗ ਦੇਖ ਸਕਦੇ ਹੋ, ਬਹੁਤ ਸੋਹਣੀ ਸਾਫ਼ ਸੁਥਰੀ ਪਾਰਕਿੰਗ। ਇਹ ਲਾਈ ਆਪਾਂ ਗੱਡੀ, ਠੀਕ ਹੈ ਜੀ? ਜਦੋਂ ਆਪਣਾ ਪੱਧਰੋਂ ਆਈ ਆ ਨਾ ਪਿਪਰਾ ਕੋਠੀ ਤੋਂ, ਅਤੇ ਇਸ ਸਾਈਡ ਯਾਨੀ ਕਿ ਮੋਤੀਪੁਰ ਪੈਂਦੀ ਜਗ੍ਹਾ, ਅਤੇ ਪਹਿਲਾ ਹੀ ਹੋਟਲ ਹੈ ਸਾਹਮਣੇ, ਆਇਸ਼ਰ ਵਾਲਿਆਂ ਦਾ ਸ਼ੋਰੂਮ ਹੈ ਉਹਦੇ ਬਿਲਕੁਲ ਸਾਹਮਣੇ। ਅਤੇ ਜ਼ਰੂਰ ਰੁਕੋ ਇੱਥੇ, ਅਤੇ ਹਰ ਇੱਕ ਚੀਜ਼ ਵਧੀਆ ਸਹੂਲਤ ਹੈ ਜੀ, ਠੰਡਾ ਪਾਣੀ ਅਤੇ ਸੋਹਣੀ ਰੋਟੀ, ਖੀਰ ਖਾਧੀ ਉਹ ਵੀ ਮਜ਼ਾ ਆ ਗਿਆ। ਅਤੇ ਬੰਦੇ ਨੂੰ ਪੈਸੇ ਚੁੱਭਦੇ ਨੇ ਜਦੋਂ ਰੋਟੀ ਸਹੀ ਲੱਭਣ, ਅਤੇ ਬੰਦੇ ਦਾ ਦਿਲ ਖੁਸ਼ ਹੁੰਦਾ। ਅਤੇ ਮੇਰਾ ਅੱਜ ਦਿਲ ਕੀਤਾ ਕਿ ਮੈਂ ਬਾਈ ਨਾਲ ਜ਼ਰੂਰ ਗੱਲਬਾਤ ਕਰਾਂ, ਬਾਈ ਦੀ ਵੀਡੀਓ ਬਣਾਈ ਮੈਂ। ਅਤੇ ਚਲੋ ਜੀ ਹੁਣ ਸਵੇਰੇ 4 ਵਜੇ ਉੱਠ ਕੇ ਨਿਕਲਣਾ, ਇੱਥੋਂ ਰਹਿ ਗਿਆ 10 ਕਿਲੋਮੀਟਰ, ਅਤੇ ਉੱਥੇ ਖਾਲੀ ਕਰਕੇ ਫਿਰ ਨਿਕਲਾਂਗੇ ਅੱਗੇ ਖੱਖੜੀਆ। ਉਹ ਕੱਲ੍ਹ ਰਾਤਾਂ ਨੂੰ ਖਾਲੀ ਹੋਏਗੀ ਗੱਡੀ, ਠੀਕ ਹੈ ਜੀ? ਮਿਲਦੇ ਹਾਂ ਨੈਕਸਟ ਬਲਾਕ 'ਚ ਜਲਦੀ। ਅਤੇ ਹੁਣ ਮੇਰੇ ਵੀਰ ਦਿਓ ਸਾਨੂੰ ਆ ਗਿਆ, ਅਤੇ ਹੁਣ ਆਪਾਂ ਵੀ ਲੱਗੇ ਹਾਂ ਸੌਣ। ਅਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਵੱਖਰਾ ਸਟਾਈਲ ਬੀਬੋ ਵੱਖਰੀ ਜੀ ਤੋੜੇ ਨੀ।